ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 5 ਪੋਇਮ ਹੈਗੀਏ ਡੋਨਟ ਕੁਇਟ ਐਕਟੀਵਿਟੀ ਨੰਬਰ 3 ਜਿਸ ਦਾ ਸਿਰਲੇਖ ਹੈ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ ਅਰਥਾਤ ਪੜ੍ਹਨਾ ਤੇ ਪੜ੍ਹ ਕੇ ਸਮਝਣ ਦਾ ਅਭਿਆਸ ਕਰਨਾ ਅਰਥਾਤ ਕੁਐਸਚਨਸ ਆਨਸਰਸ ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਨੋਟ ਕਰ ਲਓ ਆਪਣੀ ਨੋਟਬੁੱਕ 'ਚ ਉਤਾਰ ਲਓ ਅਰ ਬੱਚੋ ਆਪਣੇ ਆਪ ਇਹਨਾਂ ਨੂੰ ਲਿਖਣ ਦਾ ਅਭਿਆਸ ਵੀ ਤੁਸੀ ਕਰਨਾ ਹੈ। ਸੋ ਐ ਸ਼ੁਰੂ ਕਰਦੇ ਹਾਂ ਆਨਸਰ ਦੀ ਫੋਲੋਇੰਗ ਕੁਐਸਚਨਸ। ਹੇਠ ਲਿਖੇ ਸਵਾਲਾਂ ਦੇ ਜਵਾਬ ਦਿਓ। ਪਿਆਰੇ ਵਿਦਿਆਰਥੀਓ ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੇ 8ਵੀਂ ਜਮਾਤ ਦੀਆਂ ਹੋਰ ਪਲੇਲਿਸਟਾਂ ਵੀ ਹਨ। ਜਿਵੇਂ ਕਿ 8th math ਜਿਹਚ 8ਵੀਂ ਦੀ ਮੈਥ ਦੀ ਕਿਤਾਬ ਸਾਰੀ ਹੱਲ ਕਰਕੇ ਪਾਈ ਗਈ ਹੈ। 8th math notes ਜਿਹਦੇ ਵਿੱਚ ਮੈਥ ਦੇ ਸਿਧਾਂਤ ਕਨਸੈਪਟਸ ਸਮਝਾਏ ਗਏ ਹਨ ਤੇ ਤੀਜੀ ਹੈਗੀ ਹੈ 8th science ਜਿਹਦੇ ਵਿੱਚ ਸਾਇੰਸ ਦੇ ਨੋਟਸ ਤੇ ਉਹਦੀ ਐਕਸਰਸਾਈਜ਼ਾਂ ਹੱਲ ਕਰਕੇ ਪਾਈਆਂ ਗਈਆਂ ਨੇ ਹੋਰ ਵੀ ਬੜੀ ਸਾਰੀਆਂ ਪਲੇਲਿਸਟਾਂ ਆਈਆਂ ਜਿਵੇਂ ਕਿ ਮੈਥ ਟ੍ਰਿਕਸ ਮੈਥ ਕਨਸੈਪਟਸ ਸੋ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ ਸੋ ਆਓ ਦੇਖੀਏ ਪਹਿਲਾ ਕੁਐਸਚਨ ਕੀ ਕਹਿੰਦਾ ਹੈ ਕਹਿੰਦੇ ਵਾਟ ਇਜ਼ ਦੀ ਪੋਇਮ ਅਬਾਊਟ ਅਰਥਾਤ ਇਹ ਕਵਿਤਾ ਕਿਸ ਬਾਰੇ ਹੈ ਸੋ ਡੋਨਟ ਕੁਇਟ ਦਾ ਮਤਲਬ ਹੁੰਦਾ ਬੱਚਿਓ ਮੈਦਾਨ ਨਾ ਛੱਡੋ ਠੀਕ ਹੈ ਮਤਲਬ ਕਿ ਹਥਿਆਰ ਨਾ ਛੱਡੋ ਇਹਦਾ ਮਤਲਬ ਹੁੰਦਾ ਡੋਨਟ ਕੁਇਟ ਸੋ ਦੀ ਪੋਇਮ ਇਜ਼ ਅਬਾਊਟ ਪੋਇਮ ਇਸ ਬਾਰੇ ਹੈ ਨਾਟ ਲੂਜ਼ਿੰਗ ਹੋਪ ਅਰਥਾਤ ਆਸ ਨਹੀਂ ਛੱਡਣੀ ਚਾਹੀਦੀ ਔਰ ਸਪਿਰਿਟ ਹੌਸਲਾ ਨਹੀਂ ਛੱਡਣਾ ਚਾਹੀਦਾ ਇਨ ਦੀ ਫੇਸ ਆਫ ਇਨ ਦੀ ਫੇਸ ਆਫ ਬੱਚੇ ਉਹ ਹਵਰਾ ਇਨ ਦੀ ਫੇਸ ਆਫ ਮਤਲਬ ਕੀ ਜਦੋਂ ਟੱਕਰਾ ਹੋਵੇ ਇਹੋ ਜੇ ਹਾਲਾਤਾਂ ਵਿੱਚ ਕਿਹੜੇ ਆਫ ਹਾਰਡਸ਼ਿਪਸ ਹਾਰਡਸ਼ਿਪਸ ਦੀਆਂ ਔਕੜਾਂ ਐਂਡ ਡਿਫਿਕਲਟ ਸਿਚੁਏਸ਼ਨਸ ਸਿਚੁਏਸ਼ਨ ਮੈਨੇ ਹਾਲਾਤ ਡਿਫਿਕਲਟ ਸਿਚੁਏਸ਼ਨ ਮੈਨੇ ਔਖੇ ਹਾਲਾਤ ਸਖਤ ਹਾਲਾਤ ਤੇ ਡਿਫਿਕਲਟ ਸਿਚੁਏਸ਼ਨਸ ਦਾ ਬਹੁਵਚਨ ਹੋ ਗਿਆ ਅਰਥਾਤ ਇਹ ਕਵਿਤਾ ਇਸ ਬਾਰੇ ਹੈ ਕਿ ਮਨੁੱਖ ਨੂੰ ਕਦੀ ਵੀ ਆਸ ਜਾਂ ਹੌਸਲਾ ਨਹੀਂ ਹਾਰਨ ਆਸ ਨਹੀਂ ਛੱਡਣੀ ਚਾਹੀਦੀ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਉਹ ਦਾ ਟੱਕਰਾ ਔਕੜਾਂ ਦੇ ਨਾਲ ਜਾਂ ਔਖੇ ਹਾਲਾਤਾਂ ਦੇ ਨਾਲ ਹੋਵੇ ਠੀਕ ਹੈ ਕੁਐਸਚਨ ਨੰਬਰ 2 ਵਟ ਇਜ਼ ਹਾਰਡ ਅਬਾਊਟ ਗੋਇੰਗ ਅਪ ਹਿੱਲ ਹਿੱਲ ਮੈਨੇ ਦਾ ਪਹਾੜੀ ਅਪ ਹਿੱਲ ਹੁੰਦਾ ਉਹ ਚੜਾਈ ਉੱਪਰਲੀ ਚੜਾਈ ਕਦਾਂ ਵਿਰੋਧੀ ਸ਼ਬਦ ਹੈ ਡਾਊਨ ਹਿੱਲ ਟਾਲ ਥੱਲੇ ਦੀ ਅਸੀਂ ਸਾਰੇ ਜਾਣਦੇ ਬੱਚੋ ਪਹਾੜ ਤੋਂ ਥੱਲੇ ਉਤਰਨਾ ਬੜਾ ਸੌਖਾ ਬੰਦਾ ਆਪਣੇ ਆਪ ਹੀ ਜਿਹੜੀ ਗ੍ਰੈਵਿਟੀ ਹੈਗੀ ਹੈ ਗੁਰੂਤਾ ਸ਼ਕਤੀ ਦੇ ਨਾਲ ਥੱਲੇ ਰੜਦਾ ਆਪੇ ਆ ਜਾਂਦਾ ਦੌੜਦਾ ਆ ਜਾਂਦਾ ਪਰ ਜੇ ਉੱਤੇ ਚੜ੍ਹਨਾ ਹੋਵੇ ਔਖਾ ਹੈ ਹਨਾ ਸੋ ਕਹਿੰਦੇ ਵਾਟ ਇਜ਼ ਹਾਰਡ ਅਬਾਊਟ ਗੋਇੰਗ ਅਪ ਹਿੱਲ ਅਰਥਾਤ ਚੜਾਈ ਚੜਨ ਬਾਰੇ ਔਖੀ ਗੱਲ ਕਿਹੜੀ ਹੈ ਸੋ ਇਹ ਤੇ ਬੜਾ ਬੱਚੋ ਕਾਮਨ ਸੈਂਸ ਦਾ ਸਵਾਲ ਹੈ ਦੀ ਹਾਰਡ ਅਬਾਊਟ ਗੋਇੰਗ ਅਪ ਹਿੱਲ ਹਿੱਲ ਇਜ਼ ਥੈਟ ਅਰਥਾਤ ਉੱਪਰਲੀ ਚੜਾਈ ਜਦੋਂ ਬਾਰੇ ਅੱਖੀ ਗੱਲ ਹੈ ਵੀ ਇਟ ਇਜ਼ ਸਲੋਅਰ। ਇੱਕ ਤੇ ਸਪੀਡ ਘਟ ਜਾਂਦੀ ਹੈ, ਗਤੀ ਅਸੀਂ ਬਹੁਤ ਦੌੜ ਨਹੀਂ ਸਕਦੇ। ਸਪੀਡ ਸਲੋ ਹੋ ਜਾਂਦੀ ਹੈ। ਐਂਡ ਮੋਰ ਟਾਇਰਿੰਗ। ਅਤੇ ਇਹ ਥਕੇਮਾਂ ਵੀ ਜ਼ਿਆਦਾ ਕਰਦੀ ਹੈ। ਅਗਲੀ ਗੱਲ ਜਿਹੜੀ ਹੈ ਇਟ ਆਲਸੋ ਡਿਮਾਂਡਸ ਪੇਸ਼ੀਅੰਸ। ਪੇਸ਼ੀਅਸ ਹੁੰਦਾ ਸਬਰ ਐਂਡ ਕਾਸ਼ਨ ਹੁੰਦੇ ਸਾਵਧਾਨੀ। ਚੜਾਈ ਚੜਦੇ ਵੇਲੇ ਕਿਤਨੇ ਕਿਤੇ ਡਿੱਗਣ ਦਾ, ਸੱਟ ਲੱਗਣ ਦਾ ਡਰ ਵੀ ਰਹਿੰਦਾ ਹੈ। ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈ। ਸੋ ਇਟ ਆਲਸੋ ਡਿਮਾਂਡਸ ਪੇਸ਼ੀਅੰਸ ਐਂਡ ਕਵਸ਼ਨ ਅਰਥਾਤ ਚੜਾਈ ਚੜਨ ਵੇਲੇ ਇਹ ਇੱਕ ਇਸ ਗੱਲ ਦੀ ਮੰਗ ਵੀ ਕਰਦੀ ਹੈ ਇਹ ਗੱਲ ਕਿ ਬੰਦੇ ਕੋਲ ਸਬਰ ਅਤੇ ਸਾਵਧਾਨੀ ਦੇ ਨਾਲ ਕੰਮ ਲਿਆ ਜਾਵੇ ਸੋ ਬੱਚੇ ਇਦਾਂ ਹੀ ਹੁੰਦਾ ਹੈ ਕਿ ਜਦੋਂ ਅਸੀਂ ਸਾਡੀ ਗਤੀ ਵੀ ਹੌਲੀ ਹੋ ਜਾਏ ਜੋ ਅਸੀਂ ਕਿਸੇ ਜਦੋਜਦ ਵਿੱਚ ਕੋਈ ਕੰਮ ਕਰਦੇ ਪਏ ਆ ਉਹਦੀ ਸਪੀਡ ਉਦਾਂ ਨਹੀਂ ਚੱਲ ਰਹੀ ਜਿੱਦਾਂ ਅਸੀਂ ਚਾਹਨੇ ਆ ਤੇ ਥਕੀਮਾ ਵੀ ਜ਼ਿਆਦਾ ਹੋ ਰਿਹਾ ਤੇ ਫਿਰ ਉਸ ਵੇਲੇ ਸਾਨੂੰ ਸਭ ਤੋਂ ਜ਼ਿਆਦਾ ਸਾਵਧਾਨੀ ਦੀ ਤੇ ਸਬਰ ਦੀ ਲੋੜ ਹੁੰਦੀ ਹੈ ਆਓ ਅੱਗੇ ਚਲੀਏ ਕਹਿੰਦੇ ਵਾਟ ਇਜ਼ ਮੈਂਟ ਬਾਈ ਫੰਡਸ ਆਰ ਲੋ ਫੰਡਸ ਹੁੰਦੇ ਨੇ ਬੱਚਿਓ ਰੈਵਨਿਊ ਜਾਂ ਕਮਾਈ ਪੈਸਾ سرمਾਇਆ ਲੋ ਮੈਨੇ ਥੱਲੇ ਨੇ ਮਰੀ ਡਾਊਨ ਵਾਲੇ ਪਾਸੇ ਨੇ ਸੋ ਇਹਨੂੰ ਅਸੀਂ ਆਮ ਦਾ ਕਹਾਂਗੇ ਫੰਡਸ ਆਰ ਲੋ ਮੀਨਸ ਵੈਨ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਫਾਈਨੈਂਸ ਹੁੰਦਾ ਪੈਸਾ ਫਾਈਨੈਂਸ਼ੀਅਲ ਹੁੰਦਾ ਹੈ ਪੈਸੇ ਨਾਲ ਜੁੜਿਆ ਹੋਇਆ ਅਰਥਾਤ ਆਰਥਿਕ ਜਾਂ ਵਿੱਤੀ ਸਿਚੁਏਸ਼ਨ ਮੈਨੇ ਹਾਲਾਤ ਇਜ਼ ਬੈਡ ਸੋ ਫੰਡਸ ਆਰ ਲੋ ਦਾ ਮਤਲਬ ਹੈ ਜਦੋਂ ਆਰਥਿਕ ਹਾਰਤ ਮੰਦੀ ਹੋਵੇ ਠੀਕ ਹੈ ਕੁਐਸਚਨ ਨੰਬਰ 4 ਵਾਟ ਡਸ ਦੀ ਪੋਇਟ ਮੀਨ ਬਾਈ ਟਵਿਸਟਸ ਐਂਡ ਟਰਨਸ ਐੜੇ ਮੋੜ ਕਿੜ ਨੇ ਟਵਿਸਟਸ ਐਂਡ ਟਰਨਸ ਮੋੜ ਕਿੜ ਇਹ ਤੋਂ ਕਵੀ ਦਾ ਕੀ ਮਤਲਬ ਹੈ ਪੋਇਟ ਮੈਨੇ ਕਵੀ ਪੋਇਮ ਮੈਨੇ ਕਵਿਤਾ ਹੁਣ ਦੇਖੋ ਬਜੋ ਡਸ ਹੈਗਾ ਨਾ ਡਸ ਜਿੱਥੇ ਡਸ ਆਏਗਾ ਉੱਥੇ ਵਰਬ ਹਮੇਸ਼ਾ ਫਰਸਟ ਫਾਰਮ ਆਏਗੀ ਡੂ ਡਸ ਡਿਡ ਦੇ ਨਾਟ ਪਰ ਜੇ ਜਵਾਬ ਦਵਾਂਗੇ ਤੇ ਮੀਨ ਦੀ ਜਗ੍ਹਾ ਐਸ ਲੱਗ ਜਾਏਗਾ ਵਰਬ ਦੇ ਕੇ ਐਸ ਲੱਗ ਜਾਂਦਾ ਜਿੱਥੇ ਡਸ ਹੋਵੇ ਸੋ ਜਵਾਬ ਦਵਾਂਗੇ ਬਾਇ ਟਵਿਸਟਸ ਐਂਡ ਟਰਨਸ ਬਾਇ ਟਵਿਸਟਸ ਐਂਡ ਟਰਨਸ ਦੀ ਪੋਇਟ ਦੀ ਪੋਇਟ ਮੀਨਸ ਦੀ ਪੋਇਟ ਮੀਨਸ ਕੀ ਮਤਲਬ ਹੈ ਦਾ ਅਨ ਐਕਸਪੈਕਟਿਡ ਚੇਂजेस ਚੇਂजेस ਮੈਨੇ ਬਦਲਾ ਅਨ ਐਕਸਪੈਕਟਿਡ ਅਣਚਿਤਵੇ ਜਿਹਦੀ ਆਸ ਨਹੀਂ ਸੀਗੀ ਅਚਾਨਕ ਕੋਈ ਗੱਲ ਵਾਪਰ ਜਾਵੇ ਉਹਨੂੰ ਕਹਿੰਦੇ ਟਵਿਸਟਸ ਐਂਡ ਟਰਨਸ ਕਿ ਜ਼ਿੰਦਗੀ ਵਿੱਚ ਕਿਸੇ ਖਾਸ ਮੌਕੇ ਤੇ ਪੜਾ ਤੇ ਇਹੋ ਜਿਹਾ ਮੋੜ ਆ ਜਾਵੇ ਜਿਹਦੀ ਕੋਈ ਆਸ ਨਹੀਂ ਸੀਗੀ ਸੋ ਇਟ ਮੀਨਸ ਅਨ ਐਕਸਪੈਕਟਿਡ ਚੇਂजेस ਅਰਥਾਤ ਅਣਚਿਤਵੇ ਬਦਲਾ ਔਰ ਕੰਪਲਿਕੇਟਿਡ ਸਿਚੁਏਸ਼ਨ ਹੁਣ ਸਿਚੁਏਸ਼ਨ ਤੇ ਤੁਹਾਨੂੰ ਪਤਾ ਲੱਗ ਗਿਆ ਹਾਲਾਤ ਤੇ ਕੰਪਲਿਕੇਟਿਡ ਦਾ ਮਤਲਬ ਹੋ ਜਾਂਦਾ ਬੱਚਿਓ ਗੁੰਝਲਦਾਰ ਗੁੰਝਲਦਾਰ ਹਾਲਾਤ ਜਾਂ ਅਣਚਿਤਵੇ ਬਦਲਾਅ ਜਿਹਾ ਆ ਜਾਣ ਉਹਨੂੰ ਕਿਹਾ ਜਾਂਦਾ ਟਵਿਸਟਸ ਐਂਡ ਟਰਨਸ ਇੱਕ ਮੁਹਾਵਰਾ ਹੈ ਟਵਿਸਟਸ ਐਂਡ ਟਰਨਸ ਮੋੜ ਕੇ ਠੀਕ ਹੈ ਅੱਗੇ ਚੱਲੀਏ ਕੁਐਸਚਨ ਨੰਬਰ 5 ਕਹਿੰਦੇ ਡੂ ਯੂ ਥਿੰਕ ਕੀ ਤੁਹਾਨੂੰ ਲੱਗਦਾ ਹੈ ਸਡਨ ਸਡਨ ਮੈਨੇ ਅਚਾਨਕ ਟਵਿਸਟਸ ਐਂਡ ਟਰਨਸ ਇਨ ਦੀ ਲਾਈਫ ਕੈਨ ਬੀ ਬੈਨੀਫੀਸ਼ੀਅਲ ਬੈਨੀਫੀਸ਼ੀਅਲ ਹੁੰਦਾ ਬੱਚਿਓ ਲਾਹੇਵੰਦ ਪ੍ਰੋਫਿਟੇਬਲ ਠੀਕ ਹੈ ਸੋ ਇਹ ਯਾਦ ਰੱਖਣਾ ਬੈਨੀਫਿਟ ਹੁੰਦਾ ਫਾਇਦਾ ਤੇ ਬੈਨੀਫੀਸ਼ੀਅਲ ਫਾਇਦੇਮੰਦ ਟੂ ਅਸ ਮੈਂ ਤੁਹਾਨੂੰ ਅੰਗਰੇਜ਼ੀ ਨਾਲ ਨਾਲ ਦੱਸੀ ਜਾ ਰਿਹਾ ਗੱਲਾਂ ਨੋਟ ਕਰੀ ਜਾਓ ਸਾਰੀਆਂ ਬੈਨੀਫੀਸ਼ੀਅਲ ਦਾ ਮਤਲਬ ਹੁੰਦਾ ਹੈ ਫਾਇਦੇਮੰਦ ਲਾਹੇਵੰਦ ਕੀ ਤੁਹਾਨੂੰ ਲੱਗਦਾ ਹੈ ਕਿ ਅਚਾਨਕ ਆਏ ਮੋੜ ਘੇੜ ਜ਼ਿੰਦਗੀ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਸਾਡੇ ਲਈ ਲਾਹੇਵੰਦ ਹੋ ਸਕਦੇ ਹਨ ਤੇ ਜਵਾਬ ਹੈ ਯੈਸ ਹਾਂਜੀ ਸਡਨ ਟਵਿਸਟ ਐਂਡ ਟਰਨਸ ਇਨ ਲਾਈਫ ਕੈਨ ਬੀ ਬੈਨੀਫੀਸ਼ੀਅਲ ਟੂ ਅਸ ਅਚਾਨਕ ਆਏ ਮੋੜ ਕੇ ਜ਼ਿੰਦਗੀ ਵਿੱਚ ਸਾਡੇ ਲਈ ਲਾਹੇਵੰਦ ਹੋ ਸਕਦੇ ਹਨ ਕਿਉਂ ਬਿਕੋਜ਼ ਐਟ ਟਾਈਮਸ ਕਿਉਂਕਿ ਕਈ ਵਾਰੀ ਐਟ ਟਾਈਮਸ ਉਹ ਲੰਦਾ ਕਈ ਵਾਰੀ ਦੇ ਓਪਨ ਡੋਰਸ ਉਹ ਦਰ ਖੋਲ ਦਿੰਦੇ ਨੇ ਦਰਵਾਜ਼ੇ ਖੋਲ ਦਿੰਦੇ ਨੇ ਕਿਸ ਪਾਸੇ ਦਰਵਾਜ਼ੇ ਖੋਲ ਦਿੰਦੇ ਨੇ ਟੂ ਨਿਊ ਆਈਡੀਆਜ਼ ਕੋਈ ਨਵਾਂ ਆਈਡੀਆ ਨਿਕਲੇ ਆਉਂਦਾ ਹੈ ਨਵਾਂ ਨਵੀਂ ਵਿਚਾਰ ਆ ਜਾਂਦੀ ਹੈ ਐਂਡ ਬੈਟਰ ਓਪਰਚ्युनिटीज ਓਪਰਚੁਨਿਟੀ ਮੌਕਾ ਬੈਟਰ ਮੈਨੇ ਵਧੀਆ ਤੇ ਕਈ ਵਾਰ ਕੋਈ ਵਧੀਆ ਮੌਕਾ ਮਿਲ ਜਾਂਦਾ ਜਿਦਾ ਆਮ ਅਸੀਂ ਕਹਾਵਤ ਨਹੀਂ ਪੰਜਾਬੀ ਚ ਕਹਿੰਦੇ ਕੁੱਬੇ ਦੇ ਲੱਤ ਮਾਰੀ ਤੇ ਉਹਦਾ ਕੁੱਬ ਠੀਕ ਹੋ ਗਿਆ ਸੋ ਕਈ ਵਾਰ ਤਾਂ ਹੁੰਦਾ ਬੱਚਿਓ ਜਿਹੜੀ ਗੱਲ ਸਾਨੂੰ ਔਖੀ ਜਾਂਦੀ ਏ ਸਾਡੇ ਖਿਲਾਫ ਜਾਂਦੀ ਏ ਉਸ ਵੇਲੇ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੌਸਲਾ ਨਹੀਂ ਹਾਰਨਾ ਚਾਹੀਦਾ ਸਿੱਧਕ ਨਹੀਂ ਗਵਾਉਣਾ ਚਾਹੀਦਾ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਟੀ ਵਾਰ ਉਹ ਜਿਹੜੀ ਔਖ ਹੁੰਦੀ ਏ ਉਹ ਇੱਕ ਨਵੀਂ ਸੌਖ ਦੇ ਵੱਲ ਰਾਹ ਲੈ ਕੇ ਜਾਂਦੀ ਹੁੰਦੀ ਏ ਸੋ ਨਵੇਂ ਆਈਡੀਆਜ਼ ਆਉਂਦੇ ਨੇ ਨਵੇਂ ਜਿਹੜੇ ਬਿਹਤਰ ਮੌਕੇ ਹੁੰਦੇ ਨੇ ਜ਼ਿੰਦਗੀ 'ਚ ਇਹ ਰੱਖਣਾ ਚਾਹੀਦਾ ਕਿ ਹਰ ਵੇਲੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ ਉਦਦਮ ਕਰਦੇ ਰਹਿਣਾ ਚਾਹੀਦਾ ਹੈ ਆਲਸ ਨਹੀਂ ਕਰਨਾ ਚਾਹੀਦਾ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਅੱਗੇ ਵਧਦੇ ਰਹਿਣਾ ਚਾਹੀਦਾ ਅੱਗੇ ਚਲੀਏ ਕੁਐਸਚਨ ਨੰਬਰ 6 ਵਾਈ ਡਸ ਦੀ ਪੋਇਟ ਸੇ ਯੂ ਹੈਵ ਟੂ ਸਾਈ ਸਾਈ ਬੱਚਿਓ ਜੇ ਨਾਉਨ ਹੈਗਾ ਫੇਰ ਮਤਲਬ ਹੈ ਸਹ ਤੇ ਸਾਈ ਟੂ ਸਾਈ ਵਰਬ ਹੈਗੀ ਹੈ ਸਾਹ ਲੈਣਾ ਅਰਥਾਤ ਹੌਂਕਾ ਕਰਨਾ ਕਹਿੰਦੇ ਵਾਟ ਵਾਈ ਡਸ ਦੀ ਪੋਇਟ ਸੇ ਕਵੀ ਇਹ ਕਿਉਂ ਕਹਿੰਦਾ ਹੈ ਕਿਈ ਵਾਰ ਤੁਹਾਨੂੰ ਹੌਂਕਾ ਲੈਣਾ ਪੈਂਦਾ ਹੈ ਹੌਂਕਾ ਕਦੋਂ ਲੈਂਦਾ ਹੈ ਨਾ ਜਦੋਂ ਮੁਸ਼ਕਿਲ ਵਿੱਚ ਹੁੰਦਾ ਹੈ ਤੰਗ ਹੁੰਦਾ ਸੋ ਦੀ ਪੋਇਟ ਸੇਜ਼ ਦੇਖੋ ਡਸ ਹੈ ਨਾ ਤੇ ਸੇ ਦਾ ਬਣ ਗਿਆ ਸੇਜ਼ ਇਹ ਗੱਲਾਂ ਬੱਚਿਓ ਗ੍ਰਾਮਰ ਦੀਆਂ ਨੁਕਤੇ ਮੈਂ ਦੱਸੀ ਜਾਂਦਾ ਬਾਰ-ਬਾਰ ਇਹਨਾਂ ਨੂੰ ਧਿਆਨ ਚ ਰੱਖਣਾ ਦੀ ਪੋਇਟ ਸੇਜ਼ ਯੂ ਹੈਵ ਟੂ ਸਾਈ ਬਿਕਾਜ਼ ਥਿੰਗਸ ਆਰ ਨਾਟ ਗੋਇੰਗ ਦਾ ਵੇ ਯੂ ਪਲਾਨਡ ਵੀ ਜਿੱਦਾਂ ਤੁਸੀਂ ਵਿਉਂਤਬੰਦੀ ਕੀਤੀ ਸੀ ਜਿੱਦਾਂ ਤੁਸੀਂ ਸੋਚਿਆ ਸੀ ਉਦਾਂ ਨਹੀਂ ਹੋ ਰਿਹਾ ਕੰਮ ਪੁੱਠਾ ਵੇ ਜਾ ਰਿਹਾ ਗੁਰਬਾਣੀ ਜੀ ਅੰਦਰ ਨਰ ਚਾਹਤ ਕੁਝ ਔਰ ਔਰੇ ਕੀ ਔਰੇ ਵੀ ਹੈ ਨਾ ਐਂਡ ਵਾਂਟਡ ਜਿੱਦਾਂ ਤੁਸੀਂ ਚਾਹੁੰਦੇ ਸੀ ਜਿੱਦਾਂ ਤੁਸੀਂ ਵਿਉਂਤਬੰਦੀ ਕੀਤੀ ਸੀ ਕੰਮ ਉਦਾਂ ਨਹੀਂ ਹੋ ਰਿਹਾ ਹਾਲਾਤ ਤੁਹਾਡੇ ਉਲਟ ਜਾ ਰਹੇ ਨੇ ਹੁਣ ਕਹਿੰਦੇ ਆਨ ਦਾ ਕੰਟ੍ਰਰੀ ਆਨ ਦਾ ਕੰਟ੍ਰਰੀ ਕੀ ਹੁੰਦਾ ਉਲਟਾ ਇਹ ਹੋ ਰਿਹਾ ਹੈ ਆਡਸ ਆਰ ਗੈਟਿੰਗ ਹੈਵੀਅਰ ਆਡਸ ਹੁੰਦੇ ਬੱਚੋ ਤੁਹਾਡੇ ਰਾਹ ਵਿੱਚ ਆਉਂਦੀਆਂ ਮੁਸ਼ਕਲਾਂ ਤੁਹਾਡੇ ਰਾਹ ਵਿੱਚ ਆਉਂਦੀਆਂ ਔਕਣਾ ਉਹਨੂੰ ਕਹਿੰਦੇ ਨੇ ਆਡਸ ਆਰ ਗੈਟਿੰਗ ਹੈਵੀਅਰ ਮਨੇ ਇੱਕ ਤਾਂ ਕੰਮ ਤੁਹਾਡਾ ਜਿੱਦਾਂ ਸੋਚਿਆ ਸੀ ਓਦਾਂ ਨਹੀਂ ਹੋ ਰਿਹਾ ਤੇ ਦੂਜੇ ਜਿਹੜੇ ਅੜਿੱਕੇ ਨੇ ਉਹ ਹੋਰ ਜ਼ਿਆਦਾ ਉੱਚੇ ਭਾਰੇ ਹੁੰਦੇ ਜਾ ਰਹੇ ਨੇ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਨੇ ਤਦ ਕਹਿੰਦਾ ਕਿ ਯੂ ਹੈਵ ਟੂ ਸਾਈ ਕੇਵਰ ਬੰਦੇ ਨੂੰ ਹੌਂਕਾ ਲੈਣਾ ਪੈਂਦਾ ਠੀਕ ਹੈ ਔਖਾ ਸਾਹ ਲੈਣਾ ਪੈਂਦਾ ਫਿਰ ਕਹਿੰਦੇ ਵਾਟ ਡਸ ਅਨਦਰ ਬਲੋ ਮੀਨ ਅਨਦਰ ਬਲੋ ਬਨੇ ਇੱਕ ਹੋਰ ਸੱਟ ਇਹਦਾ ਕੀ ਮਤਲਬ ਹੈ ਬੱਚੋ ਕਵਿਤਾ ਦਾ ਜਿਹੜੇ ਮੈਂ ਟਰਾਂਸਲੇਸ਼ਨ ਕੀਤਾ ਕਵਿਤਾ ਦੀ ਐਕਸਪਲੇਨੇਸ਼ਨ ਕੀਤਾ ਉਸਲੇ ਵੀ ਤੁਹਾਨੂੰ ਦੱਸਿਆ ਵੀ ਹੈ ਮੰਨ ਲਓ ਮੇਰੇ ਕੋਲ ਇੱਕ ਬਹੁਤ ਵੱਡੀ ਚਟਾਨ ਹੈਗੀ ਹੈ ਮੈਂ ਉੱਥੇ ਸੱਟਾਂ ਮਾਰਦਾ ਮਾਰਦਾ ਕੁਝ ਨਹੀਂ ਹੁੰਦਾ ਤੇ ਮੈਂ ਕਹਿੰਦਾ ਛੱਡੋ ਯਾਰ ਮੈਂ ਨੜੇ ਜਿਵੇਂ ਸੱਟਾਂ ਮਾਰਤੀਆਂ ਰਹਿਣ ਦਿੰਨੇ ਆ ਫਿਰ ਵੀਰ ਕਿਸੇ ਮਿੱਤਰ ਨੇ ਮੇਰੇ ਕਿਸੇ ਸਨੇਹੀ ਨੇ ਮੇਰੇ ਕਿਸੇ ਸ਼ੁਭਚਿੰਤਕ ਨੇ ਮੈਨੂੰ ਹੱਲਾਸ਼ਰੀ ਦਿੱਤੀ ਕਹਿੰਦੇ ਜਸ਼ਪਾਲ ਸਿੰਘ ਕੋਈ ਗੱਲ ਨਹੀਂ ਯਾਰ 160 ਹੋਰ ਮਾਰ ਦੇ ਨੇਰੇ ਗਏ ਤੇ ਮੈਂ 61 ਹੋਰ ਵਗਾ ਕੇ ਮਾਰੀ ਤੇ ਉਹ ਚ ਤਰੇੜ ਆ ਗਈ ਸੋ ਇਹ ਕਹਿੰਦੇ ਅਨਦਰ ਬਲੋ ਕਈ ਵਾਰ ਐਸਾ ਹੁੰਦਾ ਹੈ ਕਿ ਇੱਕ ਆਖਰੀ ਕਦਮ ਜਿਹੜਾ ਹੈਗਾ ਉਹ ਸਾਨੂੰ ਆਪਣੀ ਮੰਜ਼ਿਲ ਵੱਲ ਲੈ ਜਾਂਦਾ ਹੈ ਕਈ ਵਾਰ ਅਸੀਂ ਬਿਲਕੁਲ ਮੰਜ਼ਿਲ ਦੇ ਅਖੀਰ ਤੇ ਜਾ ਕੇ ਹਿੰਮਤ ਹਾਰ ਜਾਂਦੇ ਆ ਤੇ ਮੰਜ਼ਿਲ ਦੇ ਨੇੜੇ ਹੋ ਕੇ ਵੀ ਅਸੀਂ ਦੂਰ ਰਹਿ ਜਾਂਦੇ ਆ ਸੋ ਇਹਦਾ ਅਨਦਰ ਬਲੋ ਦਾ ਮਤਲਬ ਹੈ ਬੱਚਿਓ ਵੀ ਇੱਕ ਹੋਰ ਸੱਟ ਮਾਰੋ ਅਰਥਾਤ ਇੱਕ ਹੋਰ ਕੋਸ਼ਿਸ਼ ਕਰੋ ਸੋ ਅਨਦਰ ਬਲੋ ਮੀਨਸ ਵਨ ਮੋਰ ਟ੍ਰਾਈ ਇੱਕ ਹੋਰ ਕੋਸ਼ਿਸ਼ ਅਟੈਂਪਟ ਇੱਕ ਹੋਰ ਯਤਨ ਔਰ ਐਫਰਟ ਇੱਕ ਹੋਰ ਉਦਮ ਇਹਦਾ ਇਹ ਮਤਲਬ ਹੈ ਕਿ ਇੱਕ ਕੋਸ਼ਿਸ਼ ਹੋਰ ਕੀਤੀ ਜਾਵੇ ਇੱਕ ਯਤਨ ਹੋਰ ਕੀਤਾ ਜਾਵੇ ਇੱਕ ਉਦਮ ਹੋਰ ਕੀਤਾ ਜਾਵੇ ਆਉਂ ਆਖਰੀ ਕੁਐਸਚਨ ਕਹਿੰਦੇ ਹਾਊ ਲੌਂਗ ਡੂ ਯੂ ਟ੍ਰਾਈ ਟੂ ਡੂ ਸੁਣਦੇ ਤੁਹਾਨੂੰ ਤੁਸੀਂ ਕੋਈ ਕੰਮ ਕਰਨ ਲਈ ਕਿੰਨੇ ਕਿੰਨਾ ਸਮਾਂ ਟ੍ਰਾਈ ਕਰਦੇ ਹੋ ਕਿੰਨਾ ਸਮਾਂ ਯਤਨ ਕਰਦੇ ਹੋ ਬਿਫੋਰ ਇਸ ਤੋਂ ਪਹਿਲੇ ਯੂ ਟਰਨ ਟੂ ਡੂ ਸਮਥਿੰਗ ਐਲਸ ਕਿ ਤੁਸੀਂ ਉਹਨੂੰ ਛੱਡ ਕੇ ਕੁਝ ਹੋਰ ਕਰਨ ਲੱਗ ਜਾਓ ਠੀਕ ਹੈ ਸੋ ਇਹਦਾ ਜਵਾਬ ਹੈ ਵੀ ਟਰਾਈ ਟੂ ਡੂ ਸਮਥਿੰਗ ਰਿਪੀਟਿਡਲੀ ਅਸੀਂ ਕੋਈ ਵੀ ਕੰਮ ਬਾਰ ਬਾਰ ਕਰਨ ਨਾ ਸਾਨੂੰ ਚਾਹੀਦਾ ਹੈ ਉਹ ਸਾਨੂੰ ਵੀ ਟਰਾਈ ਟੂ ਡੂ ਸਮਥਿੰਗ ਰਿਪੀਟਿਡਲੀ ਬਿਫੋਰ ਵੀ ਕਮ ਅਕਰੋਸ ਅ ਨਿਊ ਆਈਡੀਆ ਇਸ ਤੋਂ ਪਹਿਲੇ ਕਿ ਸਾਨੂੰ ਕੋਈ ਨਵਾਂ ਹੋਰ ਆਈਡੀਆ ਆ ਜਾਵੇ ਨਵਾਂ ਸਾਡੇ ਵਿੱਚ ਜਿਹੜਾ ਕੋਈ ਟੈਲੈਂਟ ਹੈਗਾ ਨਵੀਂ ਮੇਰੀ ਕੋਈ ਜਿਹੜੀ ਕੋਈ ਖੂਬੀ ਹੈ ਉਹ ਮੈਨੂੰ ਜ਼ਾਹਰ ਹੋ ਜਾਏ ਮੈਨੂੰ ਉਹਦੇ ਬਾਰੇ ਪਤਾ ਲੱਗ ਜਾਏ ਔਰ ਅ ਬੈਟਰ ਅਪੋਰਚੁਨਿਟੀ ਜਾਂ ਉਸ ਤੋਂ ਵਧੀਆ ਮੌਕਾ ਮੈਨੂੰ ਨਜ਼ਰੀ ਪੈ ਜਾਏ ਠੀਕ ਹੈ ਫਿਰ ਕਹਿੰਦੇ ਦੀ ਆਈਡੀਆ ਇਸ ਪਰ ਜਿਹੜੀ ਮੇਨ ਮੁੱਖ ਗੱਲ ਹੈਗੀ ਹੈ ਉਹ ਹੈ ਵੇ ਕਿ ਨੈਵਰ ਟੂ ਲੂਜ਼ ਹਾਰਟ ਕਿ ਬੰਦਾ ਹਿੰਮਤ ਕਦੀ ਨਾ ਹਾਰੇ ਬੰਦਾ ਕਦੀ ਹੌਸਲਾ ਨਾ ਛੱਡੇ ਐਂਡ ਸਟਿਕ ਟੂ ਦੀ ਫਾਈਟ ਸਟਿਕ ਟੂ ਦਾ ਫਾਈਟ ਬੱਚੋ ਕੀ ਹੁੰਦਾ ਹੈ ਮੁਹਾਵਰਾ ਇਹ ਤੁਹਾਡੀ ਪੁਆਇੰਟ ਵੀ ਆਂਦਾ ਹੈ ਸਟਿਕ ਟੂ ਦਾ ਫਾਈਟ ਮੈਨੂੰ ਡਟੇ ਰਹਿਣਾ ਹੋਲਡ ਯੋਰ ਗਰਾਉਂਡ ਮੈਦਾਨ ਛੱਡ ਕੇ ਨਹੀਂ ਜਾਣਾ ਮਤਲਬ ਕਿ ਹਥਿਆਰ ਨਹੀਂ ਸੁੱਟਣੇ ਆਪਣੀ ਕੋਸ਼ਿਸ਼ ਕਰੀ ਜਾਣੀ ਹੈ ਆਪਣਾ ਯਤਨ ਕਰੀ ਜਾਣਾ ਹੈ ਬੱਚੋ ਕੋਸ਼ਿਸ਼ ਜਤਨ ਕਦੀ ਵੀ ਅਜਾਈ ਨਹੀਂ ਜਾਂਦੇ ਗੁਰਬਾਣੀ ਵੀ ਕਹਿੰਦੀ ਹੈ ਸੋ ਕਿਉਂ ਵਿਸਰੈ ਜੇ ਕਾਲ ਨਾ ਪੰਨਾ ਉਸ ਕਾਲਪੁਰਖ ਨੂੰ ਤੁਸੀਂ ਕਿਉਂ ਵਿਸਾਰਦੇ ਹੋ ਜੋ ਤੁਹਾਡੀ ਕਾਲ ਨੂੰ ਪੰਦਾ ਨਹੀਂ ਜੋ ਤੁਹਾਡੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦਾ ਸੋ ਜਦੋਂ ਅਸੀਂ ਮਿਹਨਤ ਕਰਦੇ ਹਾਂ ਬੱਚਿਓ ਉਹਦਾ ਸਾਨੂੰ ਕੋਈ ਨਾ ਕੋਈ ਲਾਭ ਜ਼ਰੂਰ ਹੁੰਦਾ ਹੈ ਸਾਡੀ ਵਰਜਿਸ਼ ਹੁੰਦੀ ਹੈ ਸਾਡਾ ਸਰੀਰ ਤਗੜਾ ਹੁੰਦਾ ਹੈ ਹੱਡ ਮਜ਼ਬੂਤ ਬੰਦੇ ਨੇ ਸਾਡੇ ਜੀ ਹਿੰਮਤ ਆਉਂਦੀ ਹੈ ਸੋ ਜਿਹੜੇ ਕੋਸ਼ਿਸ਼ ਕਰਦੇ ਰਹਿਣਾ ਜੜੀ ਹੈ ਉਹ ਜ਼ਿੰਦਗੀ ਦੀ ਇੱਕ ਸਭ ਤੋਂ ਵੱਡੀ ਨਿਸ਼ਾਨੀ ਹੈ ਜਿੰਦਾਦਿਲੀ ਦੀ ਨਿਸ਼ਾਨੀ ਹੈ ਸੋ ਕਦੀ ਵੀ ਹਿੰਮਤ ਨਹੀਂ ਹਾਰਨੀ ਕਦੀ ਵੀ ਹੌਸਲਾ ਨਹੀਂ ਛੱਡਣਾ ਤੇ ਕਦੀ ਵੀ ਇਹ ਨਹੀਂ ਸੋਚਣਾ ਕਿ ਮੈਂ ਨਹੀਂ ਕਰ ਸਕਦਾ ਸੋ ਬੰਦਾ ਕਰਦੇ 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 ਕੁਛ ਨਾ ਕੁਛ ਨਵੀਆਂ ਨਵੀਆਂ ਚੀਜ਼ਾਂ ਜੜੀਆਂ ਨੇ ਉਹ ਨਵੇਂ ਜਿਹੜੇ ਦਰ ਨੇ ਮੌਕੇ ਨੇ ਖੁੱਲਦੇ ਰਹਿੰਦੇ ਨੇ ਸੋ ਆਈਡੀਆ ਇਹ ਹੈ ਕਿ ਹੱਥ ਤੇ ਹੱਥ ਧਰ ਕੇ ਨਹੀਂ ਬਹਿਣਾ ਖੜੀ ਨਹੀਂ ਰਹਿਣਾ ਮੈਂ ਉਹ ਕਵਿਤਾ ਵਿੱਚ ਵੀ ਗੱਲ ਕੀਤੀ ਸੀਗੀ ਕਿ ਫਿਕਰ ਇਸ ਗੱਲ ਦੀ ਨਹੀਂ ਕਰਨੀ ਕਿ ਪੁੱਟੇ ਹੋਏ ਕਦੋਂ ਛੋਟੇ ਨੇ ਫਿਕਰ ਇਸ ਗੱਲ ਦੀ ਕਰਨੀ ਹੈ ਕਿ ਕਿਤੇ ਖੜੀ ਨਾ ਰਹਿ ਜਾਈਏ ਬੰਦਾ ਖੜਾ ਸੋਚਦੇ ਰਹੇ ਹਾ ਇੰਨੀ ਦੂਰ ਹਾ ਇੰਨੀ ਦੂਰ ਉਤੇ ਬੰਦਾ ਉਤੇ ਖੜਾ ਰਹਿ ਜਾਏਗਾ ਪਰ ਜਿਹੜਾ ਉਦਮੀ ਬੰਦਾ ਹੈ ਉਹ ਤੁਰਨਾ ਸ਼ੁਰੂ ਕਰ ਦਿੰਦਾ ਪਹਿਲਾ ਕਦਮ ਦੂਜਾ ਕਦਮ ਤੀਜਾ ਕਦਮ ਤੇ ਹਰ ਕਦਮ ਦੇ ਨਾਲ ਉਹਦੀ ਮੰਜ਼ਿਲ ਜਿਹੜੀ ਹੈ ਉਹ ਨੇੜੇ ਆਂਦੀ ਜਾਂਦੀ ਹੈ ਸੋ ਐਸੀ ਪਹਿਲੇ ਵਿਦਿਆਰਥੀ ਤੁਹਾਡੀ ਬੜੀ ਵਧੀਆ ਕਵਿਤਾ ਡੋਨਟ ਕੁਇਟ ਤੇ ਉਹਦੇ ਕੰਪਰੀਹੈਂਸ਼ਨ ਕੁਐਸਚਨਸ 8 ਕੁਐਸਚਨ ਆਨਸਰ ਅਸੀਂ ਕੀਤੇ ਨੇ ਸੋ ਸਾਰੇ ਨੋਟ ਕਰ ਲਓ ਸਾਰਿਆਂ ਨੂੰ ਕਾਪੀ ਡਾਉਨ ਕਰ ਲਓ ਰਿਵਾਈਜ਼ ਕਰੋ ਤੇ ਬਿਨਾ ਦੇਖੇ ਆਪ ਲਿਖਣ ਦਾ ਯਤਨ ਕਰੋ ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ